ਕਦੇ ਸਬਜ਼ੀਆਂ ਵੇਚੀਆਂ, ਕਦੇ ਬੂਟ ਪਾਲਿਸ਼ਾਂ, ਕਦੇ ਰਿਕਸ਼ੇ ਚਲਾਏ, ਅੱਜ ਗੱਡੀਆਂ ਸਾਫ਼ ਦੀ ਵਾਰੀ ਹੈ। ਖੇਤੀਬਾੜੀ ਡਾਕਟਰ ਸੜਕਾਂ ਉੱਤੇ ਰੁਲਦੇ, ਜਵਾਨੀ ਨੂੰ ਖਾ ਗਈ ਬੇਰੁਜ਼ਗਾਰੀ ਹੈ। ਇਸ ਤਰ੍ਹਾਂ ਪੰਜਾਬ ਦੇ ਇਹਨਾਂ ਨੌਜਵਾਨਾਂ ਨੇ ਹੀ ਲਿਖੀਆਂ ਨੇ, ਜੋ ਸਬਜ਼ੀਆਂ ਵੇਚ ਰਹੇ ਨੇ, ਬੂਟ ਪਾਲਿਸ਼ ਵੀ ਕਰ ਰਹੇ ਨੇ। ਪੜ੍ਹੇ ਲਿਖੇ ਖੇਤੀਬਾੜੀ ਵਿਗਿਆਨੀਆਂ ਦਾ ਬੂਟ ਪਾਲਿਸ਼ ਕਰਾਓ ਜੀ, 15 ਰੁਪਏ 15 ਰੁਪਏ 15 ਰੁਪਏ। ਹਾਲਾਂਕਿ ਇਹ ਸਭ ਪ੍ਰਤੀਕਾਤਮਕ ਤੌਰ ਉੱਤੇ ਪੰਜਾਬ ਸਰਕਾਰ ਖਿਲਾਫ਼ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਹੈ, ਪਰ ਵਜ੍ਹਾ ਰੁਜ਼ਗਾਰ ਹੈ। ਦਰਅਸਲ ਇਹ ਸਾਰੇ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਹ ਵਿਦਿਆਰਥੀ ਨੇ ਜਿਨ੍ਹਾਂ ਨੇ ਆਪਣੀ ਪੜ੍ਹਾਈ ਮੁਕੰਮਲ ਕਰ ਲਈ ਹੈ ਅਤੇ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠੇ ਨੇ। ਮੰਗ ਯੂਨੀਵਰਸਿਟੀ ਵਿੱਚ ਖਾਲੀ ਪਈ ਅਸਾਮੀਆਂ ਨੂੰ ਭਰਨ ਦੀ ਹੈ। ਸਰਕਾਰ ਨੂੰ ਕਹਿੰਦੇ ਹਾਂ, ਅਸੀਂ ਮੰਗ ਰੱਖੀ ਆਪਦੀ ਕਿ ਜਿਹੜੀਆਂ ਖਾਲੀ ਪਈਆਂ ਪੋਸਟਾਂ ਨੇ ਉਹਨਾਂ ਨੂੰ ਨੋਟੀਫਾਈ ਕਰਨ, ਤਾਂ ਕਿ ਜੀ ਅਸੀਂ ਜਿਹੜੀਆਂ ਆਪਦੀ ਪੜ੍ਹਾਈਆਂ BSC ਕੀਤੀ ਜੀ, ਅਸੀਂ ਆਪਦੀ ਉਸ BSC ਤੋਂ ਬਾਅਦ ਅਸੀਂ ਆਪਦੀ ਫੀਲਡ 'ਚ ਮਾਸਟਰ ਜੋ ਹੋਏ ਹਾਂ, ਹੁਣ ਜੀ ਅਸੀਂ PhD ਕਰਨ ਲੱਗੇ ਹਾਂ, ਮਤਲਬ ਅਸੀਂ ਡਾਕਟਰੇਟ ਹੋਣ ਲੱਗੇ ਹਾਂ, ਪਰ ਜੀ ਸਾਨੂੰ ਕੋਈ ਹਾਲੇ ਤੱਕ ਜੋਬ ਨਹੀਂ ਮਿਲੀ। ਨੀਅਰ ਅਬਾਊਟ 1000 ਪੋਸਟਾਂ ਜਿਹੀਆਂ ਖਾਲੀ ਪਈਆਂ ਨੇ, ਅਤੇ ਅਸੀਂ ਸਰਕਾਰ ਨੂੰ ਆਹ ਮੰਗ ਰੱਖਦੇ ਹਾਂ ਵੀ ਜਿਹੜੀਆਂ ਖਾਲੀ ਪਈਆਂ ਪੋਸਟਾਂ ਨੇ ਉਹਨਾਂ ਨੂੰ ਨੋਟੀਫਾਈ ਕਰਨ, ਤਾਂ ਕਿ ਜੀ ਅਸੀਂ ਉਹਨਾਂ ਨੂੰ ਭਰ ਸਕੀਏ। ਸਾਡਾ ਮੇਨ ਮਕਸਦ ਕੀ ਹੈ ਜੀ? ਸਾਡਾ ਮੇਨ ਮਕਸਦ ਹੈ ਫਾਰਮਰਸ ਨੂੰ ਸਰਵ ਕਰਨਾ, ਉਹਨਾਂ ਦੀਆਂ ਪ੍ਰੋਬਲਮ ਸੁਣਨਾ ਅਤੇ ਉਹਨਾਂ ਨੂੰ ਆਪਣੀਆਂ ਸਲਿਊਸ਼ਨਸ ਦੇਣਾ, ਤਾਂ ਕਿ ਉਹ ਵੀ ਆਪਦੀ ਖੇਤੀ ਨੂੰ ਚੰਗਾ ਬਣਾ ਸਕਣ। ਮੇਰੀ ਸਰਕਾਰ ਨੂੰ ਇਹੀ ਉਮੀਦ ਆ ਜੀ, ਹੁਣ ਜਿਵੇਂ ਅਸੀਂ ਅੱਜ ਸਾਡਾ 10ਵਾਂ ਦਿਨ ਹੋ ਗਿਆ ਜੀ, ਅਸੀਂ ਇੱਕ ਯੂਨੀਵਰਸਿਟੀ ਗੇਟ ਨੰਬਰ 1 'ਤੇ ਧਰਨੇ 'ਤੇ ਬੈਠੇ ਹਾਂ ਜੀ। ਕਦੇ ਅਸੀਂ ਸਬਜ਼ੀਆਂ ਵੇਚੀਆਂ, ਕਦੇ ਅਸੀਂ ਬੂਟ ਪਾਲਸ਼ਾਂ ਕੀਤੀਆਂ, ਕਦੇ ਅਸੀਂ ਪਕੌੜੇ ਵੇਚੇ ਜੀ ਬਣਾ ਕੇ, ਅਤੇ ਅਸੀਂ ਹੁਣ ਡਿਫਰੈਂਟ ਇੱਦਾਂ ਕਰ ਰਹੇ ਹਾਂ ਜੀ, ਕਿਉਂਕਿ ਹੁਣ ਸਾਨੂੰ ਜੋਬ ਤਾਂ ਮਿਲ ਨਹੀਂ ਰਹੀ ਆ, ਫਿਰ ਓਬਵੀਅਸਲੀ ਅਸੀਂ ਹੁਣ ਇਹੀ ਕੰਮ ਕਰਾਂਗੇ ਜੀ। ਕਦੇ ਪਾਲਸ਼ਾਂ ਕਰ ਲਈਆਂ, ਕਦੇ ਸਬਜ਼ੀਆਂ ਵੇਚ ਲਈਆਂ, ਸਾਡੇ ਡਿਗਰੀਆਂ ਕਰਨ ਦਾ ਫਿਰ ਮਤਲਬ ਕੀ ਰਹਿ ਗਿਆ ਜੀ, ਜੇ ਅਸੀਂ ਇਹੀ ਕੰਮ ਕਰਨੇ ਸੀ ਅਸੀਂ ਡਿਗਰੀ ਨਾ ਹੀ ਕਰਦੇ ਜੀ। ਕਈ ਸਾਲਾਂ ਦੀ ਪੜ੍ਹਾਈ, ਮਿਹਨਤ ਅਤੇ ਮਾਪਿਆਂ ਦੀ ਆਪਣੀ ਔਲਾਦ ਨੂੰ ਕਮਾਈ ਕਰਦਾ ਦੇਖਣ ਦੀ ਖਾਹਿਸ਼ ਇਹਨਾਂ ਨੌਜਵਾਨਾਂ ਦੀਆਂ ਗੱਲਾਂ ਵਿੱਚ ਸਾਫ਼ ਝਲਕਦੀ ਹੈ। ਘਰਦਿਆਂ ਨੇ ਮਿਹਨਤ ਕੀਤੀ, ਅਸੀਂ ਵੀ ਮਿਹਨਤ ਕੀਤੀ, ਪਰ ਮਿਹਨਤ ਦਾ ਫਲ ਕਿਧਰੇ ਨਜ਼ਰ ਨਹੀਂ ਆ ਰਿਹਾ ਜੀ। ਸਾਨੂੰ ਦਰੀ ਚੱਕਣ ਨੂੰ ਮਜਬੂਰ ਨਾ ਕਰੋ, ਹਰ ਵਾਰੀ ਸਾਨੂੰ ਸੰਘਰਸ਼ ਦਾ ਰਾਹ ਵਿੱਢਣ ਨੂੰ ਮਜਬੂਰ ਨਾ ਕਰੋ। ਇਹਦਾ ਸਾਨੂੰ ਨੋਟੀਫਾਈ ਕਰ ਦਿਉ ਵੀ ਹਾਂ, ਜਿਹੜੀਆਂ ਸਾਡੀਆਂ ਡਿਮਾਂਡਸ ਨੇ, ਸਾਰੀਆਂ ਦੀ ਸਾਰੀਆਂ ਵੈਕੈਂਸੀਆਂ ਪੂਰੀਆਂ ਕਰੋ। ਦੂਜਾ ਨੰਬਰ, ਇੱਕ ਰੋਸਟਰ ਸਿਸਟਮ ਅਪਣਾਇਆ ਜਾਵੇ ਵੀ ਹਰ ਵਾਰੀ ਜਿਹੜੇ ਬੱਚੇ ਨੇ ਉਹ ਖੱਜਲਾਂ ਹੋਣ ਜੀ। ਮੇਰੇ ਪੇਰੈਂਟਸ ਨੇ ਉਹੀ ਹੈ ਜੀ, ਹਰ ਵਾਰੀ ਜੇ ਕਣਕ ਦਾ ਆਉਂਦਾ ਸੀ ਤਾਂ ਵਿੱਚੋਂ ਥੋੜ੍ਹਾ ਬਹੁਤਾ ਬਚਾ ਕੇ ਰੱਖ ਲੈਂਦੇ ਸੀ ਵੀ ਅੱਗੇ 2 ਬੇਟੀਆਂ ਨੇ ਇਹਨਾਂ ਦੀਆਂ, ਅਸੀਂ 2 ਲੜਕੀਆਂ ਦੋਨਾਂ ਬੇਟੀਆਂ ਦੀ ਪੜ੍ਹਾਈ ਵਾਸਤੇ ਪਹਿਲਾਂ ਅੱਡ ਬਚਾ ਕੇ ਰੱਖ ਲੈਂਦੇ ਸੀ, ਆਪਦੇ ਖਰਚਿਆਂ 'ਚੋਂ ਘੱਟ ਕਰ ਲਾਂਗੇ, ਪਰ ਬੱਚਿਆਂ ਦੀ ਪੜ੍ਹਾਈ 'ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ। ਜੇਕਰ ਇੱਥੋਂ ਤੱਕ ਸੋਚ ਕੇ ਘਰਦਿਆਂ ਨੇ ਸਾਨੂੰ ਬਿਠਾਇਆ ਤਾਂ ਅਸੀਂ ਉਹਨਾਂ ਦੇ ਅੱਗੇ ਵਿਹਲੇ ਬਹਿੰਦੇ ਚੰਗੇ ਨਹੀਂ ਲੱਗਦੇ, ਅਤੇ ਨਾ ਹੀ ਸਾਡੀ ਆਤਮਾ ਨੂੰ ਐਂ ਲੱਗਦਾ, ਝੰਝੋੜੀ ਰੂਹ ਕੰਬ ਜਾਂਦੀ ਹੈ ਜਦੋਂ ਪਹਿਲਾਂ ਤਾਂ ਜਾ ਕੇ ਖੇਤਾਂ ਦਾ ਹਾਲ ਦੇਖੀਦਾ ਵੀ ਐਂ ਹਾਲ ਹੋਇਆ ਪਿਆ, ਗੋਡੇ ਗੋਡੇ ਪਾਣੀ ਆਇਆ ਪਿਆ, ਗੋਡੇ ਗੋਡੇ ਨਰਮ ਹੈ, ਉਹ ਨਰਮਾ ਪੂਰੇ ਬੁਰੇ ਤਰੀਕੇ ਨਾਲ ਇਸ ਵਾਰ ਮੱਚ ਚੁੱਕਿਆ, ਪਹਿਲਾਂ ਗੁਲਾਬੀ ਸੁੰਡੀ ਪੈ ਗਈ, ਅਤੇ ਉੱਥੇ ਜਾ ਕੇ ਲੱਗਦਾ ਵੀ ਹਜੇ ਵੀ ਜੇਕਰ ਸਾਡੇ ਹੱਥ ਦੇ ਵਿੱਚ ਨੌਕਰੀਆਂ ਨਹੀਂ ਹੈਗੀਆਂ, ਸਾਡੇ ਹੱਥ ਦੇ ਵਿੱਚ ਤਨਖਾਹ ਨਹੀਂ ਆ ਰਹੀ, ਤਾਂ ਅਸੀਂ ਕਿੱਥੇ ਜਾਈਏ, ਅਸੀਂ ਕੀ ਕਰੀਏ? ਮੇਰੇ ਪਾਪਾ ਬੇਸਿਕਲੀ ਜੀ ਮਜ਼ਦੂਰੀ ਦਾ ਕੰਮ ਕਰਦੇ ਆ ਜੀ, ਅਤੇ ਜੋ ਮੇਰੇ ਵੱਡੇ ਬ੍ਰਦਰ ਨੇਗੇ ਉਹ ਮਤਲਬ ਆਪਣੇ ਕਿਸੇ ਬੈਂਕ ਦੇ ਵਿੱਚ ਚਾਹ ਪਾਣੀ ਦਾ ਕੰਮ ਕਰਦੇ ਆ ਜੀ, ਅਤੇ ਮੈਨੂੰ ਪਤਾ ਅਤੇ ਮੈਂ ਆਪਣੀ ਮਤਲਬ ਲਾਈਫ ਦਾ ਮਤਲਬ ਟਾਈਮ ਬਹੁਤ ਔਖਾ ਕੱਢਿਆ ਵਾ ਜੀ, ਅਤੇ ਆਪਣੀ ਜਿਹੜੀ ਡਿਗਰੀ ਆ ਜੀ ਬਹੁਤ ਔਖੀ ਕੱਢੀ ਆ ਜੀ। ਪਿਛਲੇ 10 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਉੱਤੇ ਬੈਠੇ ਇਹ ਨੌਜਵਾਨ 24 ਘੰਟੇ ਸ਼ਿਫਟਾਂ ਵਿੱਚ ਪ੍ਰਦਰਸ਼ਨ ਕਰ ਰਹੇ ਨੇ। ਨੌਜਵਾਨਾਂ ਮੁਤਾਬਕ ਪਿਛਲੇ 2 ਸਾਲਾਂ ਤੋਂ ਅਸਾਮੀਆਂ ਨੂੰ ਭਰਨ ਲਈ ਯੂਨੀਵਰਸਿਟੀ ਤੋਂ ਲੈ ਕੇ ਸਰਕਾਰ ਤੱਕ ਵੱਖ ਵੱਖ ਪੱਧਰ ਉੱਤੇ ਲਿਖਤੀ ਤੌਰ ਉੱਤੇ ਵੀ ਕਿਹਾ ਗਿਆ, ਪਰ ਹਾਲੇ ਤੱਕ ਹੱਲ ਨਹੀਂ ਹੋ ਸਕਿਆ।
ਅਸੀਂ ਕੋਈ ਨਵੀਂ ਪੋਸਟ ਕ੍ਰੀਏਟ ਕਰਨ ਲਈ ਸਰਕਾਰ ਨੂੰ ਨਹੀਂ ਕਹਿ ਰਹੇ, ਜਸਟ ਅਸੀਂ ਜਿਹੜੀਆਂ ਸੈਂਕਸ਼ਨਡ ਪੋਸਟਾਂ ਨੇ ਅਸੀਂ ਉਹਨਾਂ ਨੂੰ ਹੀ ਕਹਿ ਰਹੇ ਹਾਂ ਵੀ ਸਰਕਾਰ ਨੂੰ ਅਸੀਂ ਬੇਨਤੀ ਕਰ ਰਹੇ ਵੀ ਇਹਨਾਂ ਸੈਂਕਸ਼ਨ ਪੋਸਟਾਂ ਨੂੰ ਹੀ ਪਲੀਜ਼ ਭਰ ਦਿੱਤਾ ਜਾਵੇ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ। ਭੱਜ ਦੌੜ ਚੱਲ ਰਹੀ ਹੈ ਪਿਛਲੇ 2 ਸਾਲਾਂ ਤੋਂ ਚੱਲ ਰਹੀ ਹੈ ਜੀ। ਅਸੀਂ ਸਿੱਧਾ ਸੰਘਰਸ਼ ਦੇ ਰਾਹ 'ਤੇ ਨਹੀਂ ਆਏ, ਪ੍ਰੋਟੈਸਟ ਦੇ ਰਾਹ 'ਤੇ ਨਹੀਂ ਆਏ। ਪ੍ਰੋਪਰ ਪ੍ਰੋਟੋਕੋਲ ਰਾਹੀਂ ਕੰਸਰਨ ਡਿਪਾਰਟਮੈਂਟ ਦੇ ਡਾਇਰੈਕਟਰ ਨੂੰ ਲੈਟਰ ਦਿੱਤੀ ਗਈ, ਕੰਸਰਨ ਡਿਪਾਰਟਮੈਂਟ ਦੇ ਸੈਕਟਰੀ ਨੂੰ, ਅਡੀਸ਼ਨਲ ਚੀਫ ਸੈਕਟਰੀ ਨੂੰ, ਫਿਰ ਅਸੀਂ ਸੈਕਟਰੀ ਚੀਫ ਸੈਕਟਰੀ ਤੱਕ ਗਏ ਜੀ। ਸੰਗਾਰਾ ਪਿਛਲੀਆਂ ਸਰਕਾਰਾਂ ਦਾ ਵੀ ਕੁਛ ਨਹੀਂ ਸੀਗਾ, ਐਟ ਪ੍ਰੈਜੈਂਟ ਸਰਕਾਰਾਂ ਦਾ ਵੀ ਮੈਨੂੰ ਕੁਛ ਨਹੀਂ ਲੱਗ ਰਿਹਾ। ਜਸਲੀਨ ਕੌਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਯਾਦ ਕਰਵਾਉਂਦੇ ਨੇ। ਸਰਕਾਰ ਨੇ ਸਾਡੇ ਨਾਲ ਕੁਛ ਕੁ ਵਾਅਦੇ ਕੀਤੇ ਸੀਗੇ ਆਪ ਸਰਕਾਰ ਨੇ ਆਉਣ ਤੋਂ ਪਹਿਲਾਂ, ਅਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਐਗਰੀਕਲਚਰ ਦੇ ਮਾਸਟਰ ਰੱਖਾਂਗੇ ਇੱਕ ਪਿੰਡ ਦੇ ਵਿੱਚ, ਇੱਕ ਦੋ ਜਾਂ ਤਿੰਨ, ਅਤੇ ਪੰਜਾਬ ਦੇ ਵਿੱਚ 12,581 ਪਿੰਡ ਨੇ ਜੀ। ਇੱਕ ਦੇ ਵਿੱਚ ਜੇ 2 ਰੱਖਦੇ ਹਾਂ ਤਾਂ ਤੁਸੀਂ ਸੋਚ ਲਓ ਵੀ ਕਿੱਥੇ ਅੰਕੜਾ ਜਾਂਦਾ। ਅਸੀਂ ਸਿਰਫ ਧਰਨੇ ਲਾਉਣ ਜੋਗੇ ਰਹਿ ਗਏ ਹਾਂ। ਸਾਡੇ ਕੋਲ 2 ਆਪਸ਼ਨ ਬਚਦੇ ਆ, ਜਾਂ ਤਾਂ ਅਸੀਂ ਘਰ ਦੇ ਅੰਦਰ ਬੈਠ ਜਾਈਏ ਹੱਥਾਂ 'ਚ ਡਿਗਰੀਆਂ ਲੈ ਕੇ, ਜਾਂ ਅਸੀਂ ਸੜਕਾਂ 'ਤੇ ਆ ਕੇ ਆਪਣੇ ਹੱਕ ਮੰਗ ਲਈਏ, ਹੱਕਾਂ ਵਾਸਤੇ ਨਾਅਰੇ ਲਾ ਲਈਏ। ਅਸੀਂ ਇਹ ਕਰਨਾ ਜ਼ਰੂਰੀ ਸਮਝਿਆ ਵੀ ਘਰੇ ਵਿਹਲੇ ਬੈਠਣ ਦੇ ਨਾਲੋਂ ਚੰਗਾ ਕਿ ਸੜਕਾਂ 'ਤੇ ਆ ਕੇ ਧਰਨੇ ਲਾ ਲਓ, ਸ਼ਾਇਦ ਸਰਕਾਰ ਦੇ ਕੰਨਾਂ ਤੱਕ ਥੋੜ੍ਹੀ ਬਹੁਤੀ ਗੱਲ ਪਹੁੰਚੇ। ਜਿਹੜੀ ਪੰਜਾਬ ਦੀ ਜਵਾਨੀ ਡਰੇਨ ਆਊਟ ਫੋਰਨ ਨੂੰ ਹੋ ਰਹੀ ਆ, ਇਕੱਲੀ ਜਵਾਨੀ ਹੀ ਨਹੀਂ ਡਰੇਨ ਆਊਟ ਹੋ ਰਹੀ, ਉਹਦੇ ਨਾਲ ਵਧੀਆ ਬ੍ਰੇਨ ਵੀ ਡਰੇਨ ਆਊਟ ਹੋ ਰਹੇ ਆ। ਇਸ ਦੇ ਨਾਲ ਇਹ ਹੋ ਰਿਹਾ ਵੀ ਸਾਡੇ ਪੰਜਾਬ ਦੀ ਆਰਥਿਕਤਾ ਹੋਰ ਤਬਾਹ ਹੋਵੇਗੀ, ਪੰਜਾਬ ਦਾ ਪੈਸਾ ਬਾਹਰ ਜਾਏਗਾ ਅਤੇ ਨਵੇਂ ਵੀ ਜਿਹੜੇ ਹੈਗੇ ਇਨਕਮ ਦੇ ਸੋਰਸ ਪੈਦਾ ਨਹੀਂ ਹੋਣਗੇ, ਕਿਉਂਕਿ ਇਨਕਮ ਦੇ ਜਿਹੜੇ ਪੇਂਡੂ ਸੋਰਸ ਹੈਗੇ ਆ ਉਹ ਪੰਜਾਬ ਦੇ ਖੇਤੀਬਾੜੀ ਐਕਸਪਰਟਸ ਨੇ ਹੀ ਪੈਦਾ ਕਰਨੇ ਆ। ਅਖੀਰ ਵਿੱਚ ਜਸਲੀਨ ਨੂੰ ਇਹ ਵੀ ਉਮੀਦ ਹੈ ਕਿ ਸਰਕਾਰ ਉਹਨਾਂ ਦੀ ਗੱਲ ਜ਼ਰੂਰ ਸੁਣੇਗੀ, ਪਰ ਫਿਲਹਾਲ ਉਹਨਾਂ ਦਾ ਇਹ ਧਰਨਾ ਮੰਗਾਂ ਨਾ ਮੰਨੇ ਜਾਣ ਤੱਕ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਸਾਨੂੰ ਪੂਰੀ ਉਮੀਦ ਹੈ ਜੀ ਕਿ ਸਰਕਾਰ ਸਾਡੀ ਜ਼ਰੂਰ ਗੱਲ ਸੁਣੂਗੀ। ਅਸੀਂ ਉਹਨਾਂ ਚਿਰ ਇੱਥੇ ਬੈਠੇ ਹਾਂ ਜੀ ਜਿੰਨਾ ਚਿਰ ਸਾਡੀ ਗੱਲ ਨਹੀਂ ਸੁਣੀ ਜਾਂਦੀ। ਇਸ ਧਰਨਾ ਸਾਡਾ ਅਣਮਿੱਥੇ ਸਮੇਂ ਦੇ ਲਈ ਹੈ। ਅਸੀਂ ਪਹਿਲੇ ਦਿਨ ਹੀ ਐਲਾਨ ਕਰਤਾ ਸੀ ਕਿ ਜਿੰਨਾ ਚਿਰ ਸਾਡੀਆਂ ਖਾਲੀ ਪਈਆਂ ਅਸਾਮੀਆਂ ਨਹੀਂ ਭਰੀਆਂ ਜਾਂਦੀਆਂ, ਉਹਨਾਂ 'ਚ ਅਸੀਂ ਇਸ ਧਰਨੇ ਤੋਂ ਨਹੀਂ ਉੱਠਾਂਗੇ। ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕਾਨਮੀ ਯਾਨੀ CMIE ਮੁਤਾਬਕ ਭਾਰਤ ਵਿੱਚ ਜੁਲਾਈ 2022 ਦੀ ਬੇਰੁਜ਼ਗਾਰੀ ਦਰ 6.80% ਹੈ ਅਤੇ ਪੰਜਾਬ ਵਿੱਚ ਇਹ ਦਰ 7.7% ਹੈ।